ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ 2.0 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉੱਥੇ ਹੀ ਹਰਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਜਾਂ ਫਿਰ ਦਿੱਲੀ ਦੇ ਵਿੱਚ ਗੱਲ ਕਰੀਏ ਤੇ ਉੱਥੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਜਿਹੜੀ ਬਾਰਡਰ ਏਰੀਆਸ ਨੇ, ਖਾਸ ਕਰ ਜਿਹੜੇ ਪੰਜਾਬ ਨਾਲ ਲੱਗਦੇ ਨੇ, ਉੱਥੇ ਸਖਤ ਜਿਹੜੀ ਹੈ ਉਹ ਸਿਕਿਉਰਿਟੀ ਦੇਖਣ ਨੂੰ ਨਜ਼ਰ ਆ ਰਹੀ ਹੈ। ਹਾਲਾਂਕਿ 3-ਲੇਅਰ ਸੁਰੱਖਿਆ ਵੀ ਉਸਨੂੰ ਕਿਹਾ ਜਾ ਰਿਹਾ, ਲੇਕਿਨ ਹੁਣ ਇੱਕ PIL ਜਿਹੜੀ ਹੈ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਕੀ ਇਹ PIL ਸਾਡੇ ਨਾਲ ਐਡਵੋਕੇਟ ਉਹਦੇ ਪ੍ਰਤਾਪ ਨੇ, ਉਹ ਦੱਸਣਗੇ ਕਿ ਆਖਿਰ ਕੀ ਕੁਝ ਇਸ PIL ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ। ਫਿਲਹਾਲ ਜਿਹੜੀ ਤੁਸੀਂ ਇਸ ਦੇ ਵਿੱਚ ਗਰਾਊਂਡ ਰੱਖੇ ਨੇ, ਕੀ ਕੁਝ ਰੱਖਿਆ? ਮੈਮ, ਜਿਵੇਂ ਪਹਿਲਾਂ ਵੀ ਇੱਥੇ ਇੰਡੀਆ 'ਚ ਪ੍ਰੋਟੈਸਟ ਹੋਏ ਆ ਜਿਹੜੇ, ਜਿਵੇਂ ਹਰਿਆਣਾ ਪੰਜਾਬ ਹਰਿਆਣਾ 'ਚ ਕਿਸਾਨਾਂ ਦਾ ਹੋਇਆ ਸੀ ਸ਼ਾਹਬਾਦ 'ਚ, ਅਤੇ ਸਰਪੰਚਾਂ ਦਾ ਹੋਇਆ ਸੀ ਇੱਥੇ ਹੀ ਪੰਚਕੂਲਾ ਮਨੀ ਮਾਜਰਾ ਦੇ ਨੇੜੇ। ਇਹਦੇ ਵਿੱਚ ਮੈਮ ਇਹਨਾਂ ਨੇ ਰੋਡ ਜਾਮ ਕਰ ਲਈ ਸੀ, ਅਤੇ ਰੋਡ ਜਾਮ ਨੂੰ ਖਲਾਉਣ ਵਾਸਤੇ ਇੱਥੇ ਹੀ ਸਾਡੇ ਐਡਵੋਕੇਟ ਸਾਹਿਬਾਨ ਨੇ ਕਿਸੇ ਨੇ PIL ਪਾਈ ਸੀ, ਅਤੇ ਉਸ 'ਚ ਰਾਤੋਂ ਰਾਤ ਐਕਸ਼ਨ ਹੋ ਕੇ ਅਤੇ ਡਾਇਰੈਕਸ਼ਨ ਹੋ ਗਈ ਸੀ ਸਟੇਟ ਨੂੰ, ਅਤੇ ਰੋਡ ਫੋਰ ਦਾ ਪਬਲਿਕ ਐਕਸੈਸ ਖੁਲਵਾਏ ਜਾਣ। ਅਤੇ ਸੇਮ ਗਰਾਊਂਡ 'ਚ ਅਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ, ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਕਿ ਰੋਡ ਜਾਮ ਸਟੇਟ ਨੇ ਕੀਤੇ ਆ ਜਾਂ ਕਿਸੇ ਸਿਟੀਜ਼ਨਰੀ ਤੋਂ ਕਿਸੇ ਨੇ ਕੀਤੇ ਆ। ਕਿਸੇ ਕੋਲ ਵੀ ਰਾਈਟ ਨਹੀਂ ਹੈ ਤੁਸੀਂ ਪਬਲਿਕ ਐਕਸੈਸ ਨੂੰ ਕੱਟ ਦਿਓ। ਤਾਂ ਹੁਣ ਇਹ ਜਿਵੇਂ ਕਹਿੰਦੇ ਆ ਵੀ 3-3 ਲੇਅਰ ਲੱਗੀਆਂ ਅਤੇ ਕੰਕਰੀਟ ਦੀ ਵੋਲਸ ਬਣਾਤੀਆਂ ਇਹਨਾਂ ਨੇ, ਅਤੇ ਦੂਜੇ ਪਾਸੇ ਇਹਨਾਂ ਨੇ ਇਲੈਕਟ੍ਰੀਫਿਕੇਸ਼ਨ ਵੀ ਕਰਦੀ ਆ ਉਹਨਾਂ ਦੀ, ਅਤੇ ਕਿੱਲਾਂ ਲਾ ਦੀਆਂ ਇਹਨਾਂ ਨੇ, ਨੇਲਸ ਉਸ 'ਚ ਲਾ ਦੀਆਂ ਨੇ, ਫਿਕਸ ਕਰਦੀਆਂ ਨੇ। ਅਤੇ ਇਹ ਨਾ ਤਾਂ ਕੋਈ ਇੰਡੀਆ ਪਾਕਿਸਤਾਨ ਦਾ ਬੋਰਡਰ ਹੈ, ਪਰ ਬਣਾ ਇਹਨਾਂ ਨੇ ਇਹੋ ਜਿਹਾ ਹੀ ਦਿੱਤਾ। ਕਾਨੂੰਨ 'ਚ ਸੁਪਰੀਮ ਹੈ ਕੌਂਸਟੀਟਿਊਸ਼ਨ ਆਫ ਇੰਡੀਆ, ਉਹ ਅੰਡਰ ਆਰਟੀਕਲ 19 ਸਬ ਆਰਟੀਕਲ 1A, B ਅਤੇ D 'ਚ ਪਾਵਰ ਦਿੰਦਾ ਆ, ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ, ਰਾਈਟ ਟੂ ਅਸੈਂਬਲ ਐਂਡ ਪ੍ਰੋਟੈਸਟ, ਰਾਈਟ ਟੂ ਮੂਵਮੈਂਟ। ਤੁਸੀਂ ਕਿਸੇ ਦਾ ਰਾਈਟ ਟੂ ਮੂਵਮੈਂਟ ਇੱਕ ਡਿਊ ਟੂ ਇਹ ਇੱਕ ਬੰਦਾ ਆਪਣਾ ਫੰਡਾਮੈਂਟਲ ਰਾਈਟ ਐਕਸਰਸਾਈਜ਼ ਕਰ ਰਿਹਾ, ਅਤੇ ਤੁਸੀਂ ਦੂਜਿਆਂ ਦਾ ਤੁਸੀਂ ਸਾਰਿਆਂ ਦਾ ਪਬਲਿਕ ਫੰਡਾਮੈਂਟਲ ਰਾਈਟ ਨੂੰ ਵੋਲੇਟ ਕਰਦੇ ਹੋਏ ਪਬਲਿਕ ਰੋਡਸ ਬੰਦ ਕਿਵੇਂ ਕਰ ਸਕਦੇ ਹੋ? ਤੁਸੀਂ ਉਹਨਾਂ ਨੂੰ ਇੱਕ ਸਪੈਸੀਫਾਈਡ ਪਲੇਸ ਅਲੋਟ ਕਰੋ ਕਿ ਉਹ ਜਿੱਥੇ ਉਹਨਾਂ ਨੂੰ ਜਾਣਾ ਆ ਪ੍ਰੋਟੈਸਟ ਕਰਨਾ, ਵੀ ਤੁਹਾਡੇ ਕੋਲ ਇਹ ਇੱਥੇ ਤੁਸੀਂ ਆਇਓ, ਇੱਥੇ ਆਪਣੀ ਗੱਲ ਰੱਖਿਓ, ਇੱਥੇ ਅਸੈਂਬਲ ਹੋਇਓ, ਅਤੇ ਪਬਲਿਕ ਰੋਡਸ 'ਤੇ ਨਾ ਆਇਓ। ਉਹ ਵੀ ਪਬਲਿਕ ਰੋਡਸ 'ਤੇ ਨਹੀਂ ਆਉਣਾ, ਇਹਨਾਂ ਨੇ ਵੀ ਪਬਲਿਕ ਰੋਡਸ ਬੰਦ ਕਰਨੇ ਗਲਤ ਆ। ਅਸੀਂ ਮੈਂ ਇੱਕ ਲਿਮਿਟਿਡ ਪ੍ਰੇਅਰ ਨਾਲ ਪਾਈ ਹੈ ਕਿ ਇਹ ਰੋਡ ਜਿਹੜੇ ਸਰਕਾਰ ਨੇ ਆਰਬਿਟਰੇਰੀਲੀ ਇਨ ਵੋਇਲੇਸ਼ਨ ਆਫ ਦਾ ਫੰਡਾਮੈਂਟਲ ਰਾਈਟ ਆਫ ਦਾ ਸਿਟੀਜ਼ਨਰੀ ਬੰਦ ਕੀਤੇ ਆ, ਅਤੇ ਇਹਨਾਂ ਨੂੰ ਖੋਲ੍ਹਿਆ ਜਾਵੇ। ਕਿਹੜੇ ਰਿਸਪੋਂਡੈਂਟਸ ਨੇ ਇਸ ਦੇ ਵਿੱਚ? ਇਹਦੇ ਵਿੱਚ ਸਟੇਟ ਆਫ ਪੰਜਾਬ ਹੈ, ਹਰਿਆਣਾ ਹੈ, ਅਤੇ ਯੂਨੀਅਨ ਆਫ ਇੰਡੀਆ ਹੈ, ਅਤੇ UT ਦੇ ਚੀਫ ਸੈਕਟਰੀਜ਼ ਨੇ। ਚੀਜ਼ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਦੇ ਵਿੱਚ ਜਾਂ ਫਿਰ ਹੋਰ ਥਾਵਾਂ ਚੰਡੀਗੜ੍ਹ ਦੇ ਵਿੱਚ ਵੀ ਧਾਰਾ 144 ਲਗਾਈ ਹੈ, ਤੇ ਉੱਥੇ ਅਜਿਹੀ ਚੀਜ਼ਾਂ ਕਰਨਾ, ਕਿ ਇਸ ਚੀਜ਼ ਦਾ ਵੀ ਤੁਹਾਨੂੰ ਕਿਉਂਕਿ ਜਵਾਬ ਤਾਂ ਹੋਣਗੇ ਉੱਥੇ ਵੀ? ਤੇ ਜਿਵੇਂ ਕਿ ਇਹ ਉਹੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਹੈ ਉਸ 'ਚ ਕਵਰ ਹੋ ਗਈ ਹੈ। ਜੇ ਕੋਈ ਪ੍ਰੋਟੈਸਟ ਕਰ ਰਿਹਾ ਤੇ ਉਹਦਾ ਉਹ ਫੰਡਾਮੈਂਟਲ ਰਾਈਟ ਹੈ ਪ੍ਰੋਟੈਸਟ ਕਰਨਾ ਅਸੈਂਬਲ, ਜੇ ਉਹ ਪੀਸਫੁਲੀ ਹੈਗੇ ਆ, ਦੇ ਉਹ ਵਿਦਾਊਟ ਆਰਮਸ ਹੈਗੇ ਆ, ਅਤੇ ਉਹਨਾਂ ਦਾ ਰਾਈਟ ਤੁਸੀਂ ਕਿਵੇਂ ਕੰਟਰਵੇਨ ਕਰ ਦੋਗੇ? ਮੇਰਾ ਤਾਂ ਇੱਕ ਲਿਮਿਟਿਡ ਪ੍ਰੇਅਰ ਹੈ ਕਿ ਇੱਕ ਇਹ ਪਬਲਿਕ ਅਸੈਸ ਕਰਾਈ ਜਾਵੇ ਅਤੇ ਰੋਡਸ ਤੋਂ ਇਹ ਬਲੋਕੇਡ ਖਲਾਈ ਜਾਣ। ਹੁਣ ਇਹਦੀ ਸੁਣਵਾਈ ਕਦੋਂ ਹੋਣੀ ਹੈ ਤੁਸੀਂ ਅੱਜ ਮੈਂਸ਼ਨ? ਇਹ ਕੱਲ੍ਹ ਸਵੇਰੇ ਹੋਣੀ ਹੈ ਜੀ 10 ਵਜੇ। ਅੱਜ ਅਸੀਂ ਮੈਂਸ਼ਨਿੰਗ ਕੀਤੀ ਸੀ, ਕੱਲ੍ਹ ਵਾਸਤੇ ਲੱਗੀ ਹੈ। ਹੁਣ PIL 'ਤੇ ਸਾਡੀ 'ਤੇ ਨੰਬਰ ਲੱਗ ਚੁੱਕਿਆ ਹੈ।
ਬਿਲਕੁਲ, ਤੇ ਹੁਣ ਕੱਲ ਸੁਣਵਾਈ ਹੋਏਗੀ, ਹਾਲਾਂਕਿ ਅੱਜ ਮੀਟਿੰਗ ਹੋਏਗੀ ਕਿਸਾਨਾਂ ਦੀ, ਤਦ ਪਤਾ ਲੱਗੇਗਾ ਕਿ ਕੱਲ ਜਿਹੜਾ ਹੈ ਪ੍ਰੋਟੈਸਟ ਜਿਹੜਾ ਹੁਣ ਹੈ ਉਹ ਕੀਤਾ ਜਾਏਗਾ, ਯਾਨੀ ਕਿ ਦਿੱਲੀ ਵੱਲ ਕੂਚ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ, ਸ਼ਾਮ ਦੀ ਮੀਟਿੰਗ ਦੇ ਵਿੱਚ ਪਤਾ ਲੱਗੇਗਾ। ਲੇਕਿਨ ਇਹ PIL ਜ਼ਰੂਰ ਪਾਈ ਗਈ ਜਿੱਥੇ ਕਿ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਖਾਸੀ ਦਿੱਕਤਾਂ ਆ ਰਹੀ ਹੈ, ਤੇ ਅਜਿਹੇ ਦੇ ਵਿੱਚ ਜੇਕਰ ਕਿਸਾਨਾਂ ਨੇ ਜਿੱਥੇ ਕਿ ਜੇ ਉਹਨਾਂ ਨੂੰ ਹੱਕ ਨਹੀਂ ਹੈ ਪ੍ਰਦਰਸ਼ਨ ਕਰਨ ਦਾ, ਤੇ ਸਰਕਾਰਾਂ ਨੂੰ ਵੀ ਹੱਕ ਨਹੀਂ ਹੈ ਕਿ ਇਸੇ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਜਿਹੜੀ ਹੈ ਉਹ ਕਿਸਾਨਾਂ ਨੂੰ ਰੋਕੇ। ਫਿਲਹਾਲ ਕੱਲ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ। ਕੈਮਰਾ ਪਰਸਨ ਵਿਕਾਸ ਦੇ ਨਾਲ ਪੂਜਾ ਵਰਮਾ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ।